ਦੱਸੋ ਜੀ ਅੱਜ ਦੇਸ਼ ਦੇ ਵਿੱਚ ਮਜ਼ਦੂਰਾਂ ਦੀ ਮਜ਼ਦੂਰੀ ਕਿੰਨੀ ਆ? ਮਜ਼ਦੂਰ ਦੀ ਮਜ਼ਦੂਰੀ ਮੈਂ ਹੁਣ ਕੱਲ੍ਹ ਹੀ ਮਿਲ ਕੇ ਆਇਆ, ਪਰਸੋਂ ਵੀ ਮਿਲਦਾ, ਚੌਥ ਵੀ ਮਿਲਦਾ ਪਾਰ ਕਰ ਜਿੱਥੋਂ ਮਜ਼ਦੂਰ ਲਿਜਾਂਦੇ ਆ। ਕਿਸੇ ਨੂੰ ਨਹੀਂ ਤਾਂ ਮੇਰੇ, ਮੈਂ ਕੋਈ ਕਲਰਕ ਲੱਗਾ? ਮੈਂ ਹੁਣ ਮੈਨੂੰ ਨਹੀਂ ਪਤਾ, ਪੁੱਛ ਲਾਂਗੇ। ਇਸ ਗੱਲ ਦਾ ਨਹੀਂ ਪਤਾ, ਚਲੋ ਠੀਕ ਆ, ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਵੀ ਸਰਕਾਰੀ ਮਜ਼ਦੂਰੀ ਕਿੰਨੀ ਆ, ਤੇ ਤੁਸੀਂ ਮਜ਼ਦੂਰੀ ਵਧਾਉਣ ਦੀ ਖਾਤਰ ਕੋਈ ਪ੍ਰਯੋਗ ਕੀਤਾ? ਤੁਸੀਂ ਪਹਿਲਾਂ MP ਰਹੇ ਹੋ, ਮਜ਼ਦੂਰਾਂ ਦੇ, ਸਾਡੇ ਮਜ਼ਦੂਰ ਆ, ਅਸੀਂ ਵੀ ਮਜ਼ਦੂਰ ਆ, ਅਸੀਂ ਛੋਟੀ ਜ਼ਮੀਨ ਜਾਇਦਾਦ ਵਾਲੇ ਮਾਲਕ ਮਜ਼ਦੂਰ ਆ, ਅਸੀਂ ਖੇਤੀ ਦੀ ਮਜ਼ਦੂਰੀ ਕਰਦੇ ਆ, ਤੁਸੀਂ ਸਾਡੇ ਲਈ ਕਿਹੜਾ ਸਟੈਪ ਚੱਕਿਆ ਵੀ ਮਜ਼ਦੂਰੀ ਵਧਾਈ ਜਾਵੇ? ਪਿਆਰੇ ਵੀਰ ਜੀ, ਮੈਂ ਤੁਹਾਡੇ ਲਈ, ਮਜ਼ਦੂਰਾਂ ਲਈ ਤਾਂ ਚੁੱਕਿਆ ਹੀ ਆ। ਮੈਂ ਤਾਂ ਇਹ ਵੀ ਕਿਹਾ, ਓਏ ਪ੍ਰਧਾਨ ਮੰਤਰੀ ਜੀ, ਜਿਹੜੇ ਗਟਰ 'ਚ ਮਰ ਜਾਂਦੇ ਸਫਾਈ ਸੇਵਕ, ਉਹਨਾਂ ਦਾ ਵੀ ਖਿਆਲ ਕਰੋ। ਖੇਤ ਜਦੋਂ ਤੁਹਾਨੂੰ ਹੁਣ ਪੂਰੀ ਗੱਲ, ਪਹਿਲੀ ਤਕਰੀਰ ਸੁਣਿਓ ਅੱਜ ਹੀ ਜਾ ਕੇ ਯੂਟਿਊਬ 'ਤੇ, ਜਦੋਂ ਪਹਿਲੀ ਵਾਰੀ ਮੈਂ ਪਾਰਲੀਮੈਂਟ 'ਚ ਬੋਲਿਆ, ਮੈਂ ਕਿਹਾ ਕਿ ਜਿਹੜੇ ਗਟਰ 'ਚ ਮਰ ਜਾਂਦੇ ਸਫਾਈ ਸੇਵਕ, ਉਹਨਾਂ ਦਾ ਖਿਆਲ ਕਰੋ, ਖੇਤ ਮਜ਼ਦੂਰ ਦਾ ਖਿਆਲ ਕਰੋ। ਬੇਸ਼ੱਕ ਮੈਂ ਦਿੱਲੀ ਤੋਂ ਜੁੱਤਿਆ, ਮੈਂ ਪੰਜਾਬ ਦੀ ਉਸ ਧਰਤੀ 'ਤੇ ਆਇਆ। ਇਹ ਪਾਰਲੀਮੈਂਟ 'ਚ ਕਹੀ, ਪਾਰਲੀਮੈਂਟ 'ਚ ਮੈਂ ਤੁਹਾਨੂੰ ਇਹ ਪੁੱਛਦਾ ਜੀ, ਜਦੋਂ ਤੁਹਾਨੂੰ ਮਜ਼ਦੂਰ ਦੀ ਮਜ਼ਦੂਰੀ ਦੇ ਰੇਟ ਦਾ ਨਹੀਂ ਪਤਾ, ਤਾਂ ਤੁਸੀਂ ਜਿਹੜਾ ਹੈਗਾ, ਮੈਂ ਕੋਈ ਰੋਜ਼ ਤਨਖਾਹਾਂ ਥੋੜ੍ਹੀ ਵੰਡਦਾ। ਅੱਛਾ, ਜੇ ਤੁਸੀਂ ਤਨਖਾਹਾਂ ਨਹੀਂ ਵੰਡਦੇ, ਤੁਸੀਂ ਨੁਮਾਇੰਦਗੀ ਕਾਹਦੀ ਕਰਦੇ? ਜੇ ਤੁਹਾਨੂੰ ਸਾਡੇ ਮਜ਼ਦੂਰਾਂ ਦੇ ਹੱਕ ਦੀ ਕਰਦਾ, ਮਜ਼ਦੂਰਾਂ ਦੇ ਜਿੰਨੀ ਬਣਦੀ, ਜਿੰਨੀ ਮੈਂ ਅਮਾਊਂਟ ਅਮਾਊਂਟ ਨਹੀਂ, ਤੁਸੀਂ ਯਾਦ ਕਰ, ਤੁਸੀਂ ਯਾਦ ਕਰਕੇ ਆਏ ਹੋਵੋਗੇ। ਮੈਂ ਕਿਸਾਨ ਦਾ ਬਣਦਾ ਹੱਕ ਚ ਵੀ ਲੜਦਾ ਆ, ਮਜ਼ਦੂਰ ਲਈ ਵੀ ਲੜਦਾ, ਸਫਾਈ ਸੇਵਕਾਂ ਤੋਂ ਸ਼ੁਰੂ ਕਰਦਾ। ਭਾਈ ਸਾਹਿਬ, ਆ ਜਿੱਥੇ ਤੱਕ ਅਮਾਊਂਟ ਦਾ ਮਤਲਬ ਆ, ਅਮਾਊਂਟ ਸਮਝਣਾ ਮੇਰੀ ਜ਼ਿੰਮੇਵਾਰੀ ਨਹੀਂ, ਅਮਾਊਂਟ ਵਾਧਾ ਕਰਦਾ। ਹਰਜੀਤ ਗਰੇਵਾਲ ਇਹ ਗੱਲ ਕਹਿੰਦਾ ਵੀ ਜਿਹੜੇ ਸਵਾਲ ਜਵਾਬ ਕਰਦੇ, ਅਸੀਂ ਤੁਹਾਡਾ ਸਵਾਲ ਜਵਾਬ ਕੀਤੇ, ਅਸੀਂ ਤੁਹਾਡਾ ਸਤਿਕਾਰ ਕੀਤਾ, ਪਹਿਲਾਂ ਤੁਹਾਨੂੰ ਫਤਿਹ ਬੁਲਾਈ ਹੈ ਨਹੀਂ, ਕੋਈ ਆਪਾਂ ਪਿਆਰ ਰੱਖਦੇ ਹਾਂ ਨਾ। ਅੱਛਾ, ਹਰਜੀਤ ਗਰੇਵਾਲ ਤੁਹਾਡਾ ਜਿਹੜਾ ਹੈਗਾ ਸੀਨੀਅਰ ਲੀਡਰ ਆ, ਉਹ ਗੱਲ ਇਹ ਕਹਿੰਦਾ ਕਿ ਇਹ ਲੋਕ ਰਾਜਨੀਤਿਕ ਆਤੰਕਵਾਦੀ ਆ, ਹੁਣ ਦੱਸੋ ਵੀ ਸਾਡੇ 'ਚ ਕੀ ਆਤੰਕਵਾਦੀ ਵਾਲੀ ਗੱਲ? ਦੇਖੋ, ਗਰੇਵਾਲ ਸਾਹਿਬ ਦਾ ਜਵਾਬ ਤਾਂ ਗਰੇਵਾਲ ਸਾਹਿਬ ਦੇਣਗੇ, ਜੋ ਉਹ ਕਹਿੰਦੇ ਆ। ਗੱਲ ਸੁਣ ਲਓ, ਇੱਕ ਸੈਕਿੰਡ ਦੀ, ਮੇਰੀ ਜ਼ੁਬਾਨ 'ਚ ਕੀੜੇ ਚੱਲ ਜਾਣ ਜੇ ਮੈਂ ਕਿਸਾਨਾਂ ਦਾ ਖਾ ਕੇ ਅਤੇ ਰਿਜ਼ਕ ਹਰਾਮ ਹੋਵਾਂ, ਜੇ ਮੈਂ ਅਹਿਸਾਨ ਫਰਾਮੋਸ਼ ਹੋ। ਤੂੰ ਵੀ ਗਾਂ ਸਟੈਪ ਬਿਆਨ ਦਿੱਤਾ ਜਦੋਂ ਦੁੱਖ ਹੋਇਆ, ਜਦੋਂ ਕਹਿਤਾ ਵੀ 15-20 ਲੱਖ ਮਰਾ ਕੇ, ਇਹ ਕਾਹਦੀ ਜਰਨੈਲ ਕਹਾਂ, 720 ਮਰਾ ਕੇ ਇੰਟਰਵਿਊ ਸਾਰਾ ਸੁਣਿਆ ਜੀ, ਸਪੋਕਸਮੈਨ ਚੈਨਲ ਤੇ ਕੇਸ ਕਰੋਗੇ ਹੰਸਰਾਜ ਜੀ? ਮੈਂ ਸਾਰਾ ਸੁਣਿਆ, ਉਹ ਗਲਤ ਹੋਇਆ, ਮੈਂ ਜ਼ਰੂਰ ਕਰੂੰਗਾ। ਤੁਸੀਂ ਮਾਫੀ ਮੰਗੋਗੇ? ਮਾਫੀ ਮੰਗੋਗੇ? ਮੈਂ ਤਾਂ, ਮੈਨੂੰ ਕੀ ਸ਼ਰਮ ਹੈ ਮਾਫੀ ਮੰਗਣ ਸੰਗਤ ਤੋਂ, ਜੇ ਮੇਰੇ ਤੋਂ ਗਲਤੀ ਹੋਈ ਹੋਊਗੀ, ਨੱਕ ਦੀਆਂ ਲਕੀਰਾਂ ਕੱਢ ਸਕਦਾ ਮੈਂ। ਨਹੀਂ ਹੰਸਰਾਜ ਜੀ, ਇਹੋ ਜਿਹੇ ਬਿਆਨ ਦੇਣੇ ਕਿਸਾਨਾਂ ਮਜ਼ਦੂਰਾਂ, ਇਹ ਠੀਕ ਨਹੀਂ ਹੰਸਰਾਜ ਜੀ। ਤੁਸੀਂ ਤੁਸੀਂ ਪਿਛਲੀ ਵਾਰ ਇੱਕ ਤੁਸੀਂ ਇੰਟਰਵਿਊ 'ਚ ਕਿਹਾ ਸੀ ਮੈਂ ਤਾਂ ਸਿਰਫ ਗੱਲ ਵਿਆਹਣੀ ਸੀ, ਅੱਜ ਵੀ ਸਿਰਫ ਗੱਲ ਵਿਆਹਣੀ ਆਏ ਹੋ? ਬਾਈ ਜੀ, ਗੱਲ ਸੁਣੋ। ਹਾਂ ਜੀ, ਗੱਲ ਸੁਣੋ, ਇਸ ਸੰਬੰਧ 'ਚ ਗੱਲ ਹੋਈ ਸੀ। ਕਹਿੰਦਾ ਹੁਣ ਕਿੱਥੇ ਲੈਣ ਆਇਆ ਤੂੰ, ਤਾਂ ਕਹਿੰਦਾ ਸੀ ਦੋ ਜਖਿਆ ਸਿਆਸਤ, ਸੁਣ ਲਾ ਸੁਣ ਯਾਰ, ਗੱਲ ਸੁਣਦੇ ਨਹੀਂ ਪਰ ਪੂਰੀ, ਮੇਰੇ ਤੋਂ ਉਮਰ ਤਾਂ ਛੋਟਾ ਹੀ ਆ, ਗੱਲ ਤਾਂ ਸੁਣ ਆਰਾਮ ਨਾਲ। ਉਹਨੇ ਕਿਹਾ ਜਦੋਂ ਮੈਂ ਜਿੱਤ ਕੇ ਆਇਆ ਨਾ, ਜਲੰਧਰੋਂ ਹਾਰ ਗਿਆ ਸੀ, ਜਿੱਤ ਕੇ ਆਇਆ, ਉਹਨੇ ਮੈਨੂੰ ਸਵਾਲ ਕੀਤਾ, ਤੂੰ ਤਾਂ ਕਹਿੰਦਾ ਸੀ ਦੋ ਜਖਿਆ, ਹੁਣ ਕਿਉਂ ਉੱਥੇ ਗਿਆ ਸੀ? ਮੈਂ ਕਿਹਾ ਖਰੇ ਮੈਨੂੰ ਕਹਿਣਗੇ ਵੀ ਇੱਕ ਕਿਲਾ ਸਰ ਕਰਕੇ ਆਇਆ।
ਮੈਨੂੰ ਗੁੱਸਾ ਆਇਆ, ਮੈਂ ਕਿਹਾ ਚੱਲ ਮੈਂ ਬਣਨਾ ਸੀ ਬਣ ਗਿਆ ਤੂੰ ਨਾ ਦੇ ਵੋਟਾਂ, ਇਹ ਮੈਂ ਕਿਹਾ ਸੀ, ਗੱਲ ਵਿਆਹਣੀ ਸੀ ਵੀ ਜਦੋਂ ਹੁੰਦੀ ਅੱਗਿਓਂ ਵੀ ਕੱਟਦੀ ਤੇ ਪਿੱਛੋਂ ਵੀ ਕੱਟਦੀ। ਪੰਜਾਬ ਦੇ ਵਿੱਚ ਬੇਅਦਬੀ ਹੋਈ ਸੀ, ਠੀਕ ਹੈ ਜੀ, ਆਪਾਂ ਸਾਰਿਆਂ ਨੇ ਕਿਹਾ ਕਿ ਇਹਦਾ ਜਿਹੜਾ ਜ਼ਿੰਮੇਵਾਰ ਪੰਜਾਬ ਦਾ ਜਿਹੜਾ ਮੁੱਖ ਬੰਦਾ ਯਾਨੀ ਕਿ ਮੁੱਖ ਮੰਤਰੀ ਪੰਜਾਬ ਆ, ਸਾਰਿਆਂ ਨੇ ਕਿਹਾ ਨਾ ਜੀ। ਹੁਣ ਜਦੋਂ ਸਾਡੇ ਉੱਪਰ ਗੋਲੀਆਂ ਚੱਲੀਆਂ, ਸਾਡਾ ਵੀਰ ਸ਼ਹੀਦ ਕੀਤਾ, ਤਾਂ ਉਸ ਸਮੇਂ ਉਹਦਾ ਜ਼ਿੰਮੇਵਾਰ ਹਰਿਆਣੇ ਦਾ ਮੁੱਖ ਮੰਤਰੀ ਬਣਦਾ ਕਿ ਨਹੀਂ ਜੀ? ਜਿਹਨੇ ਵੀ ਬੱਚਾ ਕਿਸੇ ਦਾ ਮਾਰਿਆ, ਚਾਹੇ ਉਹ ਮੁੱਖ ਮੰਤਰੀ ਆ ਤੇ ਚਾਹੇ ਕਿਹੜਾ ਮੰਤਰੀ ਆ, ਉਹ ਲਾਂਤੀ ਆ ਜਿਹਦੇ ਕਸੂਰ ਨਾਲ ਬੱਚਾ ਮਰਿਆ। ਪਰ ਚੈੱਕ ਕਰਨਾ ਬਣਦਾ, ਖੱਟੜ ਦੇ ਹੱਥ 'ਚ ਪਿਸਤੌਲ ਦੇਖਿਆ ਤੁਸੀਂ? ਜ਼ਿੰਮੇਵਾਰੀ ਤਾਂ ਹੁਕਮ ਦੇਣ ਵਾਲਾ ਨਾ, ਬਾਦਲ ਦੇ ਹੱਥ 'ਚ ਪਿਸਤੌਲ ਵੇਖਿਆ ਸੀ ਕਿਸੇ ਨੇ? ਨਹੀਂ ਨਾ, ਆਪਾਂ ਤਾਂ ਉਹਨੂੰ ਜ਼ਿੰਮੇਵਾਰ ਮੰਨਦੇ ਹਾਂ ਕਿਉਂਕਿ ਉਹ ਸਾਡਾ ਚੀਫ ਮਿਨਿਸਟਰ ਸੀ, ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਸੀ, ਉਹਨੇ ਹੁਕਮ ਦਿੱਤੇ, ਫੌਜ ਭੇਜੀ ਤੇ ਉਹ ਚੀਫ ਮਿਨਿਸਟਰ ਤੁਹਾਡੀ ਸਰਕਾਰ ਦਾ। ਇਨਕੁਆਇਰੀ ਕਿਉਂ ਫਿਰ ਰੱਖਿਆ ਹੋਇਆ ਜੇ ਉਹਦੇ ਆਰਡਰ ਦਾ? ਸੈਂਟਰ ਗਵਰਨਮੈਂਟ ਨੇ ਕਰਨੀ ਆ, ਸੈਂਟਰ ਦੇ ਵਿੱਚ ਸਰਕਾਰ ਕੀ ਦੀ ਤੁਹਾਡੀ? ਮੈਂ ਕਹਿੰਦਾ ਚੱਲ ਇੱਕ ਸਰਕਾਰ ਤਾਂ ਆ ਆ ਜਿਹੜੀ ਚੁਣਦੇ ਆ ਆਪਾਂ, ਇੱਕ ਸਰਕਾਰ ਆ ਉਹ ਆਕਾਸ਼ਾ। ਗੱਲ ਸੁਣ ਲਓ, ਮੈਂ ਕਹਿੰਦਾ ਕਿ ਉਹ ਸਰਕਾਰ ਸੁਣਦੀ ਹੋਵੇ ਜਿਹਨੇ ਕਿਸੇ ਦਾ ਬੱਚਾ ਮਾਰਿਆ, ਉਹ ਸਾਡਾ ਐਡਾ ਸਮਾਰਟ ਬੱਚਾ, ਮੈਂ ਉਹਦੀ ਫੋਟੋ ਵੇਖਦਾ, ਉਹ ਸਾਡਾ ਧੀਆਂ ਪੁੱਤਾਂ ਵਰਗਾ, ਮੈਂ ਕਹਿੰਦਾ ਰੱਬਾ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਕੋਈ ਹੋਵੇ। ਤੁਸੀਂ ਇਹ ਗੱਲ ਕਹਿ ਦਿਓ ਨਾ ਕਿ ਮੁੱਖ ਮੰਤਰੀ ਦੇ ਹੁਕਮਾਂ ਨਾਲ ਜਿਹੜੀ ਆ ਉੱਥੇ ਗੋਲੀ ਚੱਲੀ ਤੇ ਉਹਦੇ ਕਾਰਨ, ਪਰ ਜ਼ਿੰਮੇਵਾਰ ਤਾਂ ਮੁੱਖ ਮੰਤਰੀ ਬਣਦਾ ਨਾ ਜੀ? ਹੁਣ ਮੇਰੀ ਗੱਲ ਸੁਣੋ, ਇਹ ਵੀ ਸਾਡਾ ਪਰਿਵਾਰ ਆ, ਤੁਹਾਡਾ ਪਰਿਵਾਰ ਆ, ਤੁਸੀਂ ਆਪਦੇ ਪਰਿਵਾਰ 'ਚ ਰਹਿੰਦੇ ਹੋ, ਠੀਕ ਹੋ ਜੀ, ਜੇ ਕੋਈ ਮੁਖੀ ਹੋ ਕੇ ਤੁਸੀਂ ਫੈਸਲਾ ਲੈਂਦੇ ਹੋ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਬਣੇ ਨਾ। ਮੈਂ ਕਹਿੰਦਾ ਜੀ ਜੇ ਮੁੱਖ ਮੰਤਰੀ ਦੇ ਹੁਕਮ ਨਾਲ ਚੱਲੀ ਆ ਨਾ ਤੇ ਉਹਦਾ ਵੀ ਪੁੱਤ ਮਰੇ, ਠੀਕ ਹੈ ਠੀਕ ਹੈ, ਜੇ ਮੇਰੇ ਉਹ ਹੋਰ ਦਿਓ ਬਾਦੂਆ, ਉਹ ਛੜਾ ਵਿਚਾਰਾ, ਉਹ ਛੜਾ ਕੋਈ ਹੋਰ ਦਿਓ ਬਾਦੂਆ, ਗ੍ਰਹਿ ਮੰਤਰੀ ਨੂੰ ਦੇ ਦਿਓ, ਗ੍ਰਹਿ ਮੰਤਰੀ ਜਿਹਦੀ ਵੀ ਵਜ੍ਹਾ ਨਾਲ ਕਿਸੇ ਦੇ ਪੁੱਤ ਮਰਦੇ ਆ ਨਾ, ਉਹਦੇ ਪੁੱਤ ਮਰ ਜਾਣ। ਆਪਣਾ ਤੁਹਾਡੀ ਹਾਜ਼ਰੀ ਦੇ ਵਿੱਚ ਆਪਣਾ ਹੌਬੀ ਧਾਰੀਵਾਲ ਨੇ ਕਿਹਾ ਸੀ ਵੀ ਕਾਲੇ ਕਾਨੂੰਨ ਬਹੁਤ ਵਧੀਆ ਸੀ, ਬੜੇ ਚੰਗੇ ਸੀ, ਉਹਦੇ ਮੈਂ ਪੜ੍ਹੇ, ਉਹਦੇ ਤੋਂ ਕੁਛ ਵੀ ਇਹੋ ਜਿਹਾ ਨਹੀਂ ਸੀਗਾ ਜੀ, ਕੀ ਤੁਹਾਡਾ ਉਹਦੇ ਬਾਰੇ? ਮੈਂ ਜੋ ਬੋਲਿਆ ਸੀ ਸੁਣਿਆ ਸੀ ਬਾਈ ਜੀ, ਉਹਦੇ ਵਿੱਚ ਰਾਜਨਾਥ ਜੀ, ਤੋਮਰ ਸਾਹਿਬ, ਤੁਹਾਡੇ ਬੀਬਾ ਜੀ ਹਰਸਿਮਰਤ ਕੌਰ ਜੀ, ਸੋਮ ਪ੍ਰਕਾਸ਼ ਜੀ, ਐਮ ਪੀ ਇਕੱਲਾ ਹੀ ਸੀ ਮੈਂ। ਮੈਂ ਕਿਹਾ ਜੀ ਜਦੋਂ ਆਰਡੀਨੈਂਸ ਬਣੇ ਸੀ ਉਦੋਂ ਤਾਂ ਮੇਰਾ ਕੋਈ ਰੋਲ ਨਹੀਂ ਸੀ, ਇਹ ਮੈਂ ਉਸ ਮੀਟਿੰਗ 'ਚ ਕਿਹਾ ਸੀ, ਸਰਕਾਰੀ ਮੀਟਿੰਗ 'ਚ, ਜਾਂ ਤਾਂ ਪਹਿਲਾਂ ਰਾਏ ਲੈ ਲੈਂਦੇ ਸਾਡੀ ਕਿ ਆਹ ਕਾਨੂੰਨ ਬਣਾਉਣੇ ਆ। ਹੁਣ ਆਹ ਜਿਹੜੇ ਤੁਹਾਡੇ ਨਾਲ ਵੱਡੇ ਵਜ਼ੀਰ ਬੈਠੇ ਆ, ਮੈਂ ਤਾਂ ਪਹਿਲੀ ਵਾਰੀ ਚੁਣਿਆ ਗਿਆ, ਮੈਂ ਚੱਲਿਆ ਜੀ, ਸਾਡੀ ਕੋਈ ਰਾਏ ਨਹੀਂ ਲਏਗੀ ਨਾ ਕਾਨੂੰਨ ਬਣਾਉਣ ਵਿੱਚ ਨਾ ਕਿਸੇ 'ਚ, ਇਹਨਾਂ ਦੀ ਮੀਟਿੰਗ ਲਓ। ਮੈਂ ਆ ਗਿਆ ਸੀ, ਉਹ ਵੀਡੀਓ ਵੀ ਵਾਇਰਲ ਹੋਈ ਸੀ, ਉਹ ਵੀਡੀਓ ਵਾਇਰਲ ਹੋ ਗਈ ਸੀ, ਮੈਂ ਮੀਟਿੰਗ 'ਚੋਂ ਆ ਗਿਆ ਸੀ।